ਪ੍ਰਭੂ ਯਿਸੂ ਮਸੀਹ ਦੇ ਨਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਜੈ ਮਸੀਹ ਦੀ। ਆਓ ਅੱਜ ਆਪਾਂ ਪਰਮੇਸ਼ਰ ਦੇ ਵਚਨਾਂ 'ਚੋਂ ਦੇਖਾਂਗੇ ਯਹੋਨਾ ਭਾਗ 20 ਪ੍ਰਭੂ ਦਾ ਜੀ ਉੱਠਣਾ। ਹਫ਼ਤੇ ਦੇ ਪਹਿਲੇ ਦਿਨ ਮਰੀਮ ਮਗਦਲੀਨੀ ਜਦੋਂ ਤੜਕੇ ਹਨੇਰਾ ਹੀ ਸੀ ਕਬਰ ਉੱਤੇ ਆਈ ਔਰ ਪੱਥਰ ਨੂੰ ਕਬਰ ਉੱਤੋਂ ਸਿਰਕਿਆ ਹੋਇਆ ਵੇਖਿਆ ਤਾਂ ਉਹ ਸਿਮਯੋਨ ਪਤਰਸ ਅਤੇ ਉਸ ਦੂਜੇ ਚੇਲੇ ਦੇ ਕੋਲ ਜਿਹਨੂੰ ਯਿਸੂ ਦੇਹ ਕਰਦਾ ਸੀ ਭੱਜੀ ਆਈ ਅਤੇ ਉਹਨਾਂ ਨੂੰ ਆਖਿਆ, ਪ੍ਰਭੂ ਨੂੰ ਕਬਰ ਵਿੱਚੋਂ ਕੱਢ ਲੈ ਗਏ ਅਤੇ ਸਾਨੂੰ ਪਤਾ ਨਹੀਂ ਭਾਈ ਉਹਨੂੰ ਕਿੱਥੇ ਰੱਖਿਆ। ਉਪਰੰਤ ਪਤਰਸ ਔਰ ਦੂਜਾ ਚੇਲਾ ਨਿਕਲੇ ਅਤੇ ਕਬਰ ਦੇ ਵੱਲ ਗਏ ਔਰ ਉਹ ਦੋਵੇਂ ਇਕੱਠੇ ਭੱਜੇ, ਪਰ ਦੂਆ ਚੇਲਾ ਪਤਰਸ ਨਾਲੋਂ ਛੇਤੀ ਭੱਜ ਕੇ ਅੱਗੇ ਲੰਘ ਗਿਆ ਅਤੇ ਕਬਰ ਕੋਲ ਪਹਿਲਾਂ ਆਇਆ ਅਤੇ ਉਹਨੇ ਨਿਉਂ ਕੇ ਜਾਂ ਝਾਤੀ ਮਾਰੀ ਤਾਂ ਕਤਾਨੀ ਕੱਪੜੇ ਪਏ ਹੋਏ ਡਿੱਠੇ, ਪਰ ਉਹ ਅੰਦਰ ਨਾ ਗਿਆ। ਤਦ ਸਿਮਯੋਨ ਪਤਰਸ ਵੀ ਉਹਦੇ ਮਗਰੋਂ ਆ ਪੁੱਜਿਆ ਅਤੇ ਕਬਰ ਦੇ ਅੰਦਰ ਜਾ ਕੇ ਕੀ ਵੇਖਦਾ ਹੈ ਜੋ ਕਤਾਨੀ ਕੱਪੜੇ ਪਏ ਹੋਏ ਹਨ ਅਤੇ ਉਹ ਰੁਮਾਲ ਜਿਹੜਾ ਉਹਦੇ ਸਿਰ ਉੱਤੇ ਬੱਧਾ ਹੋਇਆ ਸੀ ਉਹਨਾਂ ਕਤਾਨੀ ਕੱਪੜਿਆਂ ਦੇ ਨਾਲ ਹੈ ਨਹੀਂ ਪਰ ਵਲੇਟਿਆ ਹੋਇਆ ਇੱਕ ਥਾਂ ਵੱਖਰਾ ਪਿਆ ਹੈ। ਸੋ ਜਦ ਉਹ ਦੂਆ ਚੇਲਾ ਵੀ ਜੋ ਕਬਰ ਉੱਤੇ ਪਹਿਲਾਂ ਆਇਆ ਸੀ ਅੰਦਰ ਗਿਆ ਅਤੇ ਉਹਨੂੰ ਵੇਖ ਕੇ ਪ੍ਰਤੀਤ ਕੀਤੀ ਕਿਉਂ ਜੋ ਉਹਨਾਂ ਅਜੇ ਇਹ ਲਿਖਤ ਦਾ ਅਰਥ ਨਹੀਂ ਸਮਝਿਆ ਸੀ, ਭਾਈ ਉਸਨੇ ਮੁਰਦਿਆਂ ਵਿੱਚੋਂ ਜੀ ਉੱਠਣਾ ਹੈ। ਤਾਂ ਉਹ ਚੇਲੇ ਆਪਣੇ ਘਰ ਨੂੰ ਫਿਰ ਮੁੜ ਗਏ ਪਰ ਮਰੀਮ ਬਾਹਰ ਕਬਰ ਉੱਤੇ ਰੋਂਦੀ ਖੜੀ ਰਹੀ। ਸੋ ਰੋਂਦੀ ਰੋਂਦੀ ਉਸਨੇ ਨਿਉਂ ਕੇ ਜਾਂ ਕਬਰ ਵਿੱਚ ਝਾਤੀ ਮਾਰੀ ਤਾਂ ਕੀ ਵੇਖਦੀ ਹੈ ਜੋ ਦੋ ਦੂਤ ਚਿੱਟਾ ਪਹਿਰਾਵਾ ਪਹਿਨੇ ਹੋਏ ਇੱਕ ਸਹਿਰਾਣੇ ਅਤੇ ਦੂਜਾ ਪੁਆਦੀ ਜਿੱਥੇ ਯਿਸੂ ਦੀ ਲੋਥ ਪਈ ਸੀ ਬੈਠੇ ਹਨ ਅਤੇ ਉਹਨਾਂ ਉਸਨੂੰ ਆਖਿਆ, ਹੈ ਬੀਬੀ ਤੂੰ ਕਿਉਂ ਰੋਂਦੀ ਹੈ? ਉਸਨੇ ਉਹਨਾਂ ਨੂੰ ਆਖਿਆ, ਇਸ ਲਈ ਜੋ ਮੇਰੇ ਪ੍ਰਭੂ ਨੂੰ ਲੈ ਗਏ ਅਤੇ ਮੈਨੂੰ ਪਤਾ ਨਹੀਂ ਜੋ ਉਹਨੂੰ ਕਿੱਥੇ ਰੱਖਿਆ। ਇਹ ਕਹਿ ਕੇ ਉਹ ਪਿੱਛੇ ਮੁੜੀ ਅਤੇ ਯਿਸੂ ਨੂੰ ਖਲੋਤਾ ਵੇਖਿਆ ਔਰ ਨਾ ਸਿਆਤਾ ਭਾਈ ਇਹ ਯਿਸੂ ਹੈ। ਯਿਸੂ ਨੇ ਉਸਨੂੰ ਕਿਹਾ, ਹੈ ਬੀਬੀ ਤੂੰ ਕਿਉਂ ਰੋਂਦੀ ਹੈ? ਕਿਹਨੂੰ ਪਾਲਦੀ ਹੈ? ਉਸਨੇ ਇਹ ਜਾਣ ਕੇ ਜੋ ਇਹ ਬਾਗਵਾਨ ਹੈ ਉਹਨੂੰ ਆਖਿਆ, ਮਹਾਰਾਜ ਜੇ ਉਹ ਨੂੰ ਤੂੰ ਲੈ ਗਿਆ ਹੈ ਤਾਂ ਮੈਨੂੰ ਦੱਸ ਭਾਈ ਤੈਂ ਉਹਨੂੰ ਕਿੱਥੇ ਰੱਖਿਆ ਹੈ? ਭਾਈ ਮੈਂ ਉਹਨੂੰ ਲੈ ਜਾਵਾਂਗੀ। ਯਿਸੂ ਨੇ ਉਹਨੂੰ ਕਿਹਾ, ਹੈ ਮਰੀਮ। ਉਸਨੇ ਫਿਰ ਕਹਿ ਕੇ ਉਸਨੂੰ ਇਬਰਾਨੀ ਭਾਸ਼ਾ ਵਿੱਚ ਕਿਹਾ, ਹੈ ਰੁਬਾਨੀ ਅਰਥਾਤ ਹੈ ਗੁਰੂ। ਯਿਸੂ ਨੇ ਉਸਨੂੰ ਆਖਿਆ, ਮੈਨੂੰ ਨਾ ਛੂ ਕਿਉਂ ਜੋ ਮੈਂ ਅਜੇ ਪਿਤਾ ਦੇ ਕੋਲ ਉੱਪਰ ਨਹੀਂ ਗਿਆ ਪਰ ਮੇਰੇ ਭਰਾਵਾਂ ਕੋਲ ਜਾ ਅਤੇ ਉਹਨਾਂ ਨੂੰ ਆਖ ਭਾਈ ਮੈਂ ਉੱਪਰ ਆਪਣੇ ਪਿਤਾ ਔਰ ਤੁਹਾਡੇ ਪਿਤਾ ਕੋਲ ਅਤੇ ਆਪਣੇ ਪਰਮੇਸ਼ੁਰ ਅਤੇ ਤੁਹਾਡੇ ਪਰਮੇਸ਼ੁਰ ਕੋਲ ਜਾਂਦਾ ਹਾਂ। ਮਰੀਮ ਮਗਦਲੀਨੀ ਆਈ ਅਤੇ ਚੇਲਿਆਂ ਨੂੰ ਕਿਹਾ, ਮੈਂ ਪ੍ਰਭੂ ਨੂੰ ਵੇਖਿਆ ਅਤੇ ਉਹਨ ਮੈਨੂੰ ਇਹ ਵਚਨ ਕਹੇ। ਫਿਰ ਉਸ ਦਿਨ ਜੋ ਹਫ਼ਤੇ ਦਾ ਪਹਿਲਾ ਦਿਨ ਸੀ ਜਾਂ ਸਾਂਝ ਹੋਈ ਤਾਂ ਜਿੱਥੇ ਉਹ ਚੇਲੇ ਸਨ ਔਰ ਯਹੂਦੀਆਂ ਦੇ ਡਰ ਦੇ ਮਾਰੇ ਬੂਹੇ ਵੱਜੇ ਹੋਏ ਹਨ, ਯਿਸੂ ਆਇਆ ਅਤੇ ਵਿਚਕਾਰ ਖਲੋ ਕੇ ਉਹਨਾਂ ਨੂੰ ਆਖਿਆ, ਤੁਹਾਡੀ ਸ਼ਾਂਤੀ ਹੋਏ। ਇਹ ਕਹਿ ਕੇ ਉਹਨਾਂ ਆਪਣੇ ਹੱਥ ਔਰ ਵੱਖੀ ਉਹਨੂੰ ਵਿਖਾਲੀ
ਤਾਂ ਚੇਲੇ ਪ੍ਰਭੂ ਨੂੰ ਵੇਖ ਕੇ ਨਿਹਾਲ ਹੋਏ ਤਾਂ ਯੀਸ਼ੂ ਨੇ ਫਿਰ ਉਹਨਾਂ ਨੂੰ ਆਖਿਆ, ਤੁਹਾਡੀ ਸ਼ਾਂਤੀ ਹੋਵੇ, ਜਿਵੇਂ ਪਿਤਾ ਨੇ ਮੈਨੂੰ ਘੱਲਿਆ ਹੈ ਤਿਵੇਂ ਮੈਂ ਵੀ ਤੁਹਾਨੂੰ ਘੱਲਦਾ ਹਾਂ। ਉਸਨੇ ਇਹ ਕਹਿ ਕੇ ਉਹਨਾਂ ਉੱਤੇ ਫੂਕ ਮਾਰੀ ਅਤੇ ਕਿਹਾ, ਤੁਸੀਂ ਪਵਿੱਤਰ ਆਤਮਾ ਲਓ, ਜਿਨ੍ਹਾਂ ਨੇ ਪਾਪ ਤੁਸੀਂ ਮਾਫ਼ ਕਰੋ ਉਹ ਉਹਨਾਂ ਨੂੰ ਮਾਫ਼ ਕੀਤੇ ਜਾਂਦੇ ਹਨ, ਔਰ ਜਿਨ੍ਹਾਂ ਦੇ ਤੁਸੀਂ ਕਾਇਮ ਰੱਖੋ ਉਹਨਾਂ ਦੇ ਕਾਇਮ ਰਹੇ ਹਨ। ਪਰ ਉਹਨਾਂ 12 ਵਿੱਚੋਂ ਥੋਮਾ, ਜਿਹੜਾ ਦਿਦਮੁਸ ਕਰਕੇ ਸਦਾਈਦਾ ਹੈ, ਜਾਂ ਯੀਸ਼ੂ ਆਇਆ ਤਾਂ ਉਹ ਉਹਨਾਂ ਦੇ ਨਾਲ ਨਾ ਸੀ। ਤਦ ਹੋਰਨਾਂ ਚੇਲਿਆਂ ਨੇ ਉਸਨੂੰ ਕਿਹਾ, ਅਸਾਂ ਪ੍ਰਭੂ ਨੂੰ ਵੇਖਿਆ ਹੈ। ਪਰ ਉਸਨੇ ਉਹਨਾਂ ਨੂੰ ਆਖਿਆ, ਜਿੰਨਾ ਚਿਰ ਮੈਂ ਉਹਦੇ ਹੱਥਾਂ ਵਿੱਚ ਕਿੱਲ ਦਾ ਨਿਸ਼ਾਨ ਨਾ ਵੇਖਾਂ ਅਤੇ ਕਿੱਲਾਂ ਦੇ ਨਿਸ਼ਾਨ ਵਿੱਚ ਆਪਣੀ ਉਂਗਲੀ ਨਾ ਵਾੜਾਂ ਔਰ ਉਹਦੀ ਵੱਖੀ ਵਿੱਚ ਆਪਣਾ ਹੱਥ ਨਾ ਵਾੜਾਂ, ਉਹਨਾਂ ਚਿਰ ਮੈਂ ਕਦੇ ਸੱਤ ਨਾ ਮੰਨਾਂਗਾ। 8 ਦਿਨਾਂ ਪਿੱਛੋਂ ਉਹਦੇ ਚੇਲੇ ਫੇਰ ਅੰਦਰ ਸਨ ਅਤੇ ਥੋਮਾ ਉਹਨਾਂ ਦੇ ਨਾਲ ਸੀ। ਬੂਹੇ ਵੱਜੇ ਹੋਏ ਯੀਸ਼ੂ ਆਇਆ ਅਤੇ ਵਿਚਕਾਰ ਖਲੋ ਕੇ ਬੋਲਿਆ, ਤੁਹਾਡੀ ਸ਼ਾਂਤੀ ਹੋਵੇ। ਫਿਰ ਉਹ ਨੇ ਥੋਮਾ ਨੂੰ ਆਖਿਆ, ਆਪਣੀ ਉਂਗਲ ਉਰੇ ਕਰ ਅਤੇ ਮੇਰੇ ਹੱਥਾਂ ਨੂੰ ਵੇਖ, ਔਰ ਆਪਣਾ ਹੱਥ ਉਰੇ ਕਰ ਅਤੇ ਮੇਰੀ ਵੱਖੀ ਵਿੱਚ ਵਾੜ, ਅਤੇ ਬੇਪ੍ਰਤੀਤਾ ਨਾ ਹੋ ਸਗੋਂ ਪ੍ਰਤੀਤਮਾਨ ਹੋ। ਥੋਮਾ ਨੇ ਉਹਨੂੰ ਉੱਤਰ ਦਿੱਤਾ, ਹੈ ਮੇਰੇ ਪ੍ਰਭੂ, ਹੈ ਮੇਰੇ ਪਰਮੇਸ਼ਵਰ। ਯੀਸ਼ੂ ਨੇ ਉਸਨੂੰ ਆਖਿਆ, ਤੈਂ ਜੋ ਮੈਨੂੰ ਵੇਖਿਆ ਇਸ ਕਰਕੇ ਪ੍ਰਤੀਤ ਕੀਤੀ ਹੈ, ਧੰਨ ਉਹ ਜਿਨ੍ਹਾਂ ਨਹੀਂ ਵੇਖਿਆ ਤਾਂ ਵੀ ਪ੍ਰਤੀਤ ਕਰਦੇ ਹਨ। ਯੀਸ਼ੂ ਨੇ ਹੋਰ ਵੀ ਬਾਹਲੇ ਨਿਸ਼ਾਨ ਚੇਲਿਆਂ ਦੇ ਸਾਹਮਣੇ ਵਿਖਾਏ ਜੋ ਇਸ ਪੁਸਤਕ ਵਿੱਚ ਨਹੀਂ ਲਿਖੇ ਗਏ, ਪਰ ਇਹ ਇਸ ਲਈ ਲਿਖੇ ਗਏ ਹਨ ਭਾਈ ਤੁਸੀਂ ਪ੍ਰਤੀਤ ਕਰੋ ਕਿ ਯੀਸ਼ੂ ਜਿਹੜਾ ਹੈ ਉਹ ਮਸੀਹ ਪਰਮੇਸ਼ਰ ਦਾ ਪੁੱਤਰ ਹੈ, ਨਾਲੇ ਪ੍ਰਤੀਤ ਕਰਕੇ ਉਹਦੇ ਨਾਮ ਤੋਂ ਜਿਉਣ ਨੂੰ ਪ੍ਰਾਪਤ ਕਰੋ। ਹਾਲੇਲੂਯਾ। ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਇਸ ਵਚਨ ਦੇ ਦੁਆਰਾ ਆਸ਼ੀਸ਼ ਅਤੇ ਬਰਕਤ ਦੇਵੇ। ਆਮੀਨ।